वाहिगुरु जी का खालसा वाहिगुरु जी की फतेह। संगत जी तुहानूं पता दास वी श्री हर गोबिंदपुर दा रहण वाला है। बड़े लंबे समय तो इच्छा सीगी कि किते जाइए हिमाचल दे विच तां इस थां दी इस आर्ट गैलरी दे दर्शन मेले करके आईए। सरदार शोभा सिंह जी जिहड़े आर्टिस्ट हन, शायद ही कोई उह होवेगा सिख कौम दे विच जिहड़ा उहनां बारे ना जाणदा होवे। अज भावें उह साडे विच नहीं हन पर उन्हां दे बनाई हुई एक कला जिहड़ी सीगी, जिहड़ियां उन्हां ने गुरु साहिबानां दीआं फोटोआं जां होर बनाईआं, ਉਹ ਅੱਜ ਵੀ ਅਮਰ ਹਨ ਅਤੇ ਉਹਨਾਂ ਦੀ ਯਾਦ ਸਾਨੂੰ ਰੋਜ਼ ਦਵਾਉਂਦੀਆਂ ਹਨ। ਅਸੀਂ ਖੜ੍ਹੇ ਹਾਂ ਜੀ ਇਸ ਪਿੰਡ ਨੂੰ ਅੰਦਰੇਟਾ ਕਹਿੰਦੇ ਹਨ, ਛੋਟਾ ਜਿਹਾ ਟਾਊਨ ਹੈ, ਪਾਲਮਪੁਰ ਦੇ ਕੋਲ ਪੈਂਦਾ ਹੈ, ਤਕਰੀਬਨ ਪਾਲਮਪੁਰ ਤੋਂ 10 ਕਿਲੋਮੀਟਰ ਸਾਊਥ ਵਿੱਚ ਹੈ। ਇੱਥੇ ਆਪਾਂ ਹੁਣ ਅੰਦਰ ਚੱਲਦੇ ਹਾਂ, ਆਰਟ ਗੈਲਰੀ ਦੇ ਦਰਸ਼ਨ ਕਰਦੇ ਹਾਂ। ਮੇਰੇ ਨਾਲ ਮੇਰੇ ਪਿਤਾ ਜੀ ਅਤੇ ਮੇਰੇ ਮਾਤਾ ਜੀ ਵੀ ਹਨ। ਆਰਟ ਗੈਲਰੀ ਦੇ ਅੱਗੋਂ ਜਿਹੜੀ ਸੜਕ ਨਿਕਲ ਕੇ ਜਾਂਦੀ ਹੈ, ਇਸ ਨੂੰ ਸਰਦਾਰ ਸ਼ੋਭਾ ਸਿੰਘ ਮਾਰਗ ਕਿਹਾ ਜਾਂਦਾ ਹੈ ਦੋਨੇ ਪਾਸੇ ਨੂੰ, ਔਰ ਇਹ ਉੱਪਰ ਲਿਖਿਆ ਹੋਇਆ ਹੈ ਗਰੋ ਮੋਰ ਗੁੱਡ। ਇਹ ਸਰਦਾਰ ਸ਼ੋਭਾ ਸਿੰਘ ਜੀ ਹੋਣਾ ਦੇ ਲਾਈਫ ਦਾ ਮਕਸਦ ਸੀਗਾ। ਆਪਾਂ ਜਾਣਦੇ ਹਾਂ ਗਰੋ ਮਤਲਬ ਉਗਾਉਣਾ, ਪੈਦਾ ਕਰਨਾ, ਗੁੱਡ ਚੰਗਿਆਈ, ਕਹਿੰਦੇ ਵੱਧ ਤੋਂ ਵੱਧ ਚੰਗਿਆਈ ਪੈਦਾ ਕਰੋ, ਔਰ ਇਸ ਚੀਜ਼ ਦੀ ਅੱਜ ਸਾਨੂੰ ਬਹੁਤ ਜ਼ਿਆਦਾ ਲੋੜ ਹੈ। ਆਓ ਅੰਦਰ ਚੱਲ ਕੇ ਅਤੇ ਦਰਸ਼ਨ ਵੇਲੇ ਕਰੀਏ। ਜੋ ਵੀ ਤੁਹਾਨੂੰ ਹੁਣ ਇਸ ਵੀਡੀਓ 'ਚ ਅਸੀਂ ਦਿਖਾਉਣ ਲੱਗੇ ਹਾਂ, ਇਹ ਦਿਖਾਉਣ 'ਚ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਵੀਡੀਓ ਦੇ ਅਸੀਂ 3 ਪਾਰਟਸ ਬਣਾਵਾਂਗੇ। ਇੱਕ ਤਾਂ ਉਹਨਾਂ ਦੀ ਆਰਟ ਗੈਲਰੀ ਦੇਖਾਂਗੇ, ਉਹਨਾਂ ਦਾ ਸਟੂਡੀਓ ਦੇਖਾਂਗੇ, ਤਾਂ ਇੱਕ ਮਿਊਜ਼ੀਅਮ ਵੀ ਉੱਪਰ ਦੇਖ ਕੇ ਆਵਾਂਗੇ। ਆਪਾਂ ਸਟਾਰਟ ਕਰਦੇ, ਪਹਿਲਾਂ ਉੱਪਰ ਚੱਲਦੇ ਹਾਂ ਅਤੇ ਮਿਊਜ਼ੀਅਮ ਦੇਖ ਕੇ ਆਉਂਦੇ ਹਾਂ। ਇਹ ਸਰਦਾਰ ਸ਼ੋਭਾ ਸਿੰਘ ਜੀ ਹੋਣਾਂ ਦੇ ਉੱਪਰ ਜਿਹੜੀਆਂ ਬੁੱਕਸ ਲਿਖੀਆਂ ਗਈਆਂ, ਉਹਨਾਂ ਦੀ ਜੀਵਨੀ, ਜੇ ਇਹੋ ਜਿਹਿਆਂ ਦੀ ਅਸੀਂ ਜੀਵਨੀ ਪੜ੍ਹਾਂਗੇ ਤਾਂ ਸ਼ਾਇਦ ਸਾਡੇ ਵਿੱਚ ਵੀ ਕੁਛ ਗੁਣ ਆਉਣ। ਆ ਦੇਖੋ ਉਸ ਵੇਲੇ ਓਲਡ ਕੈਨਵਸ ਰੋਲਸ ਲਿਖਿਆ ਹੋਇਆ ਹੈ। ਇੱਧਰ ਅਸੀਂ ਮਿਊਜ਼ੀਅਮ ਐਂਟਰ ਕਰ ਰਹੇ ਹਾਂ। ਸਰਦਾਰ ਸ਼ੋਭਾ ਸਿੰਘ ਜੀ ਹੁਣਾਂ ਦੀਆਂ ਯਾਦਗਾਰਾਂ, ਇੱਥੇ ਫੋਟੋਆਂ ਕਾਫੀ ਜ਼ਿਆਦੀਆਂ ਇਕੱਠੀਆਂ ਲੱਗੀਆਂ ਹੋਈਆਂ ਹਨ। ਇਹ ਉਹਨਾਂ ਦਾ ਘਰ ਸੀਗਾ ਸਭ ਤੋਂ ਪਹਿਲਾਂ ਜਦੋਂ ਇੱਥੇ ਆਏ ਸੀਗੇ, ਆਪਣੀ ਪਤਨੀ ਦੇ ਨਾਲ ਬੈਠੇ ਹੋਏ ਹਨ, ਆਪਣਾ ਪਰਿਵਾਰ ਆ ਸੈਂਟਰ ਦੇ ਵਿੱਚ ਰੋਹਤਾਂਗ ਪਾਸ ਦੇ ਉੱਪਰ ਬੈਠੇ ਹੋਏ ਹਨ। ਤਕਰੀਬਨ ਉਹਨਾਂ ਨੇ ਇੱਥੇ 40 ਸਾਲ ਉਹ ਇੱਥੇ ਰਹੇ। ਆ ਉਹਨਾਂ ਦੇ ਕੱਪੜੇ ਹਨ 1975 ਦੇ, ਛੋਟੀਆਂ ਛੋਟੀਆਂ ਪਰਸਨਲ ਬਿਲੋਂਗਿੰਗਸ, ਕੰਘੀ, ਕੈਲਕੂਲੇਟਰ ਦੇਖ ਕੇ ਤਾਂ ਯਾਦ ਆ ਜਾਏਗਾ, ਆਪਣੇ ਵੀ ਕੈਲਕੂਲੇਟਰ ਅਸੀਂ ਯੂਜ਼ ਕਰਦੇ ਰਹੇ ਪਹਿਲਾਂ ਸਿੰਪਲ। ਇਹ POPs ਦੇ ਵਿੱਚ ਉਹਨਾਂ ਨੇ ਆਪਣਾ ਆਰਟਵਰਕ ਬਣਾਇਆ ਹੋਇਆ ਹੈ। 100 ਸਾਲਾਂ ਜਦੋਂ ਸ਼ਤਾਬਦੀ ਮਨਾਈ ਗਈ ਤਾਂ ਉਦੋਂ ਉਹਨਾਂ ਦਾ ਇੱਕ ਬੁੱਤ ਇੱਥੇ ਬਣਾਇਆ ਗਿਆ ਜਿਹੜਾ ਆਰਟ ਗੈਲਰੀ ਵਿੱਚ ਲੱਗਾ ਹੋਇਆ ਹੈ। ਇਹ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਫੋਟੋਆਂ ਹਨ, ਪਦਮ ਸ਼੍ਰੀ ਉਹਨਾਂ ਨੂੰ ਮਿਲਿਆ ਸੀ ਉਸ ਵੇਲੇ। ਇਹ ਸਾਰੇ ਪ੍ਰਾਊਡ ਮੂਮੈਂਟਸ ਹਨ। ਸੰਗਤ ਜੀ ਵੀਡੀਓ ਵਿੱਚ ਅਸੀਂ ਸਾਰਾ ਕੁਛ ਇੰਨੀ ਡਿਟੇਲ ਵਿੱਚ ਨਹੀਂ ਦਿਖਾ ਸਕਦੇ, ਆਪ ਜੀ ਨੂੰ ਚਾਹੀਦਾ ਹੈ ਕਿ ਇੱਥੇ ਆਵੋ, ਕਿਉਂਕਿ ਅਜਿਹੇ ਆਰਟਿਸਟ ਸਾਨੂੰ ਬਹੁਤ ਕੁਛ ਦੇ ਜਾਂਦੇ ਹਨ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਸਾਨੂੰ ਚਾਹੀਦਾ ਕਿ ਅਸੀਂ ਐਪਰੀਸ਼ੀਏਟ ਕਰੀਏ। ਉਸ ਸਮੇਂ ਦੇ ਰਿਕਾਰਡ ਪਏ ਹਨ, ਟੇਪ ਰਿਕਾਰਡਰ ਹਨ, ਉਹਨਾਂ ਦਾ ਘਰ ਹੈ ਉੱਧਰ, ਸ੍ਰੀ ਸਾਹਿਬ ਪਈ ਹੈ, ਬੈੱਡ ਹਨ, ਪਿੱਛੇ ਇੱਕ ਕੋਰਨਰ ਦੇ ਵਿੱਚ ਟੇਬਲ ਦੇ ਉੱਪਰ ਰਬਾਬ ਪਈ ਹੋਈ ਹੈ। ਉਹ ਰਬਾਬ ਨਹੀਂ ਸਨ ਵਜਾਉਂਦੇ, ਸਿਰਫ ਪੇਂਟਿੰਗਸ ਵਗੈਰਾ ਬਣਾਉਣ ਵਾਸਤੇ ਕੋਲ ਰੱਖੀ ਹੈ। ਕਲੋਕ ਦੇਖੋ, ਪੱਖੀਆਂ ਪੁਰਾਣੀਆਂ, ਆ ਫਿਰ ਉਹਨਾਂ ਦੀਆਂ ਪਰਸਨਲ ਬਿਲੋਂਗਿੰਗਸ ਸਾਰੀਆਂ ਪਈਆਂ ਹਨ, ਐਨਕਾਂ, ਸੈੱਲ, ਪੈੱਨ, ਔਰ ਇੱਧਰ ਸਿਲਾਈ ਵਾਲੀ ਮਸ਼ੀਨ, ਸਾਰੇ ਸੰਦੂਕ। ਇਹ ਜਿਹੜੀ ਸਾਹਮਣੇ ਫੋਟੋ ਲੱਗੀ ਹੋਈ ਹੈ, ਇਹ ਸਰਦਾਰ ਸ਼ੋਭਾ ਸਿੰਘ ਜੀ ਅਤੇ ਉਹਨਾਂ ਦੀ ਪਤਨੀ ਇੰਦਰ ਕੌਰ ਜੀ ਦੀ ਫੋਟੋ ਹੈ, ਔਰ ਇਸ ਵਿੱਚ ਉਹਨਾਂ ਨੇ ਦਸਤਾਰ ਸਜਾਈ ਹੋਈ ਹੈ। ਬਾਅਦ ਵਿੱਚ ਜਿਹੜੀਆਂ ਤੁਸੀਂ ਦੇਖੋਗੇ, ਉਦੋਂ ਉਹਨਾਂ ਦੇ ਸਿਰ 'ਤੇ ਦਸਤਾਰ ਨਹੀਂ ਸੀ ਹੁੰਦੀ, ਜ਼ਿਆਦਾਤਰ ਖੁੱਲ੍ਹੇ ਕੇਸ ਹੁੰਦੇ ਸਨ। ਆ ਉਹਨਾਂ ਦੇ ਘਰ ਦੀਆਂ ਬਿਲੋਂਗਿੰਗਸ ਹਨ, ਸਮਾਨ ਹੈ, ਔਰ ਉਹਨਾਂ ਦੇ ਨਾਮ ਦੇ ਉੱਪਰ ਉਹਨਾਂ ਦੀ ਫੋਟੋ ਨਾਲ ਇੱਕ ਡਾਕ ਟਿਕਟ ਵੀ ਜਾਰੀ ਹੋਈ ਸੀ। ਆ ਉਹਨਾਂ ਦੇ ਬਲੈਂਕਿਟਸ ਵਗੈਰਾ ਅਤੇ ਫੋਟੋਆਂ ਹਨ। ਹੁਣ ਥੱਲੇ ਜਾ ਕੇ ਪਹਿਲਾਂ ਆਪਾਂ ਉਹਨਾਂ ਦਾ ਸਟੂਡੀਓ ਦੇਖਦੇ ਹਾਂ, ਜਿੱਥੇ ਉਹ ਬੈਠ ਕੇ ਇਹ ਸਾਰੀਆਂ ਪੇਂਟਿੰਗਸ ਬਣਾਉਂਦੇ ਸਨ। ਸੰਗਤ ਜੀ, ਅਜਿਹੇ ਆਰਟਿਸਟ ਦੀ ਜ਼ਿੰਦਗੀ ਦੇ ਗੁਣ ਇੱਕ ਵੀਡੀਓ ਵਿੱਚ ਕਦੇ ਵੀ ਨਹੀਂ ਦੱਸੀ ਜਾ ਸਕਦੇ, ਔਰ ਇੱਕ ਗੱਲ ਅਸੀਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੇ, ਮੈਨੂੰ ਵੀ ਨਹੀਂ ਪਤਾ ਸੀ ਅਤੇ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਵੇ, ਇਹ MS ਰੰਧਾਵਾ ਹਨ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਕਹਿ ਲਈਏ ਡਿਜ਼ਾਈਨ ਕੀਤਾ ਹੈ, ਔਰ ਇਹਨਾਂ ਦੀ ਪੰਜਾਬ ਨੂੰ, ਪੰਜਾਬ ਦੀ ਆਰਟ ਨੂੰ ਬਹੁਤ ਵੱਡੀ ਦੇਣ ਹੈ। ਅਤੇ ਸਰਦਾਰ ਸ਼ੋਭਾ ਸਿੰਘ ਜੀ ਹੋਣਾਂ ਨੇ ਇੱਕ ਇਹਨਾਂ ਦਾ ਵੀ ਇੱਥੇ ਬੁੱਤ ਬਣਾਇਆ ਹੋਇਆ ਹੈ। ਇਹ ਛੋਟਾ ਜਿਹਾ ਸਟੂਡੀਓ ਹੈ ਜਿੱਥੇ ਬਜ਼ੁਰਗ ਅਵਸਥਾ ਵਿੱਚ ਸਾਰਾ ਟਾਈਮ ਸਰਦਾਰ ਸ਼ੋਭਾ ਸਿੰਘ ਜੀ ਇੱਥੇ ਬਤੀਤ ਕਰਦੇ ਸਨ। ਇਹ ਉਹਨਾਂ ਦਾ ਇੱਕ ਛੋਟਾ ਜਿਹਾ ਕੋਰਨਰ ਹੈ ਜਿੱਥੇ ਇੱਕ ਕੁਰਸੀ ਲੱਗੀ ਹੋਈ ਹੈ ਅਤੇ ਨਾਲ ਟੇਬਲ ਲੱਗਾ ਹੋਇਆ ਹੈ।
जिथे बैठ के वह प्रशादा छक के बजुर्ग अवस्था के और इधर असी हुण स्टूडियो दिखाने तुहानू इत्थे ही वह सारा काम करते सन। जे तुसी देखो तो स्टूडियो एक बहुत छोटा जिहा है, बजुर्ग अवस्था सी, बहुता चल फिर नहीं सकते सन, इसे बैड ते आराम कर लेंदे सन, इत्थों ही उठ के इत्थे काम करन लग पैंदे सन। भगत रविदास जी की अखीरली फोटो बना रहे सन जदों सरदार शोभा सिंह जी अपना शरीर छड गए ता ए फिर उत्थे दी उत्थे ही रह गई। नाल ही उन्हां दियां बुक्स हन इंग्लिश दियां हन, ओ पिछे कॉर्नर दे विच वड्डियां वड्डियां किताबां यूरोप तों लियांदियां होईयां। एक आर्ट देखनी बहुत छोटी जी गल है, तो माफ़ करना जे मैं कहां उन्हूं एप्रीशिएट करना भी बहुत छोटी जी गल है, क्योंकि आर्टिस्ट दी पिछे मेहनत बहुत ज़्यादा हुंदी है। ये जिहड़ी हुण फोटो तन तन श्री गुरु अमरदास साहिब जी की बनाई हुई है, कलगीधर पिता जी की है, यही उन्होंने डेस्क है जिथे वह बैठ के अपना कोई पेपरवर्क कोई लैटरस लिखना और आ सारिया उन्होंने वरतों वाली चीज़ा हैं, ब्रश हैं बहुत सारे कलरिंग वास्ते। एक गल दस दईए, सरदार शोभा सिंह जी जदों फोटो बनाते सन ना वो बकायदा कहिंदे सन कि सिख संगत इन्हों पूजे ना, यह ना हो उत्ते हार चढ़ा लग पवे, इन्हों की पूजा कर लग पवे। मेरा मकसद सिर्फ लोगों को इंस्पायर करना है कि उन्होंने पता लगे साढ़े गुरु साहब जी किदां सन, गुरु नानक देव साहब जी दे चेहरा, कलगीधर जी का चेहरा, छेवें पातशाह जी का चेहरा, ज होर पातशाहियों के चेहरे जेड़े हैं वो संगत के मन में वसने चाहिए हैं। हुण गल करिए उस असली मेहनत की, वह दिखाइए तुहानू जिदे करके असी सरदार शोभा सिंह जी हुणां नू जानदे हाँ। ये देखो सरदार हरजीत सिंह कालों जेडे एयर क्रैश दे विच चढ़ाई कर गए सन एयरफोर्स दे, उन्हां दी मदर ने आण के कहा फोटो बना के दिओ। सरदार शोभा सिंह जी कहिंदे असी हुण सिर्फ गुरु साहिब जी दीआं फोटोआं ही बणाउंदे हाँ। माँ रोण लग पई, उदों फिर उन्होंने फ्री दे विच इक फोटो बना के दित्ती सी, वो माँ नूं किन्नी खुशी होई होएगी कि उसके पुत्र की इन्नी सोहनी फोटो बना के दित्ती। आर्टिस्ट का दिल बहुत कोमल हुंदा है, ये इस दे विच औरत दे कुछ रूप दिखाए हैं कि वह किदां लड़ सकती है समय दे नाल। आ ते तुहानूं दसण दी लोड़ ही नहीं ना पंजाब वालेओ, गुरु साहिब भुल जाण होर कुछ भुल जाए ये तुसी नहीं भुलते। सोहनी महीवाल ते उस तो बाद च हुण तुसी ये देखो, ये इस इलाके दे पहाड़ी इलाके दे गद्दी लोग जिन्हां नूं कहिंदे हन वह रहण वाले, और आ खास तौर पर एक जिहड़ी फोटो है बहुत ही प्यारी है। ये जिहड़ा जानवर थले दिखता है पिछों सूर दा इहदा बनाया होया है, अगे घोड़ा है, दस्या है कि एक मनुख दी जिंदगी दे विचों किदां दे रूप बदलता है। वो सूर वांग भी जिंदगी जी सकता है, लो लैवल दी थोड़ी सोझी पै जाए किसी के काम आने वाली जिंदगी घोड़े वर्गी भी जी सकता है, तीजे नंबर ते वो मनुख वर्गा भी बन सकता है, तो चौथे नंबर ते वो महापुरश भी बन सकता है, तो फिर दिखाया है पंजवां वो परमेशर दे विच सम्मिलित भी हो सकता है। यही सिखी का असूल है, यही सानू गुरु साहब ने कहा भई प्राप्त मानुख देहरिया गोबिंद मिलन की ए तेरी बरिया। पेंटिंग बनाई हुई है, ये ओरिजिनल हैं सारिया। तो संगत जी तुहानू एक गल होर दस दिए, भाई वीर सिंह जी के कहण ते सरदार शोभा सिंह जी हुणां ने होर पेंटिंगां बनाउणियां बंद कर दित्तियां सन, वह सिर्फ गुरु साहब जी दियां ही बनाउंदे सन। ये श्री रामचंद्र जी की है, वेखो किन्नी सोहनी यह भी पेंटिंग है, और इधर धन धन श्री गुरु नानक देव साहब जी महाराज लेह लद्दाख की यात्रा दे विच वह पिछे पहाड़ हैं दिखाया जा रहा है, तो इदा ही होर पेंटिंग्स इतने बहुत लगिया हुई हैं। ये पार्लीमेंट हाउस है, ये सरदार साहब जी की अपनी फोटो है, और इस दे नाल ही उन्होंने धर्म सुपत्नी गुरु साहब जी दी फोटो होर बहुत हैं, और ये बाबा फरीद जी की हुणा की फोटो बनाई हुई है। सरदार शोभा सिंह जी हुणा ने होर भी उस वेले दे लीडर जिहड़े सी उन्हां दीआं भी फोटो बनाईयां, तुसीं देख सकते हो महाराजा दलीप सिंह जी दी, शहीद आजम भगत सिंह जी, और कमाल देखो बिल्कुल ऐ लगता वा कि जिवें सामने बैठे होंदे हन। पेपर कोई लै सकता है, ब्रश भी कोई लै सकता है, चार लीकां भी कोई मार सकता है, पर अपनी आर्ट दे विच जान भर देनी ये परमेशर दीआं बख्शिशां हुंदीआं हन।
ਇਹ ਸਾਡੇ ਸਾਰਿਆਂ ਦੇ ਮਹਾਰਾਜਾ ਰਣਜੀਤ ਸਿੰਘ ਜੀ। ਸੰਗਤ ਜੀ, ਇਹ ਆਰਟ ਗੈਲਰੀ ਜਿਹੜੀ ਹੈ ਇਹ ਉਹਨਾਂ ਦੀਆਂ ਓਰਿਜਨਲ ਇੱਥੇ ਪੇਂਟਿੰਗਸ ਹਨ ਔਰ ਥੋੜ੍ਹੇ ਅੱਗੇ ਕੈਨਵਸ ਜਿਹੜੇ ਪ੍ਰਿੰਟਡ ਵੀ ਲਾਏ ਗਏ ਹਨ। ਇਹ ਬਹੁਤ ਇੰਪੋਰਟੈਂਟ ਹੈ ਕਿ ਜੇ ਅਸੀਂ ਉਹਨਾਂ ਨੂੰ ਕ੍ਰੈਡਿਟ ਨਹੀਂ ਦੇ ਸਕਦੇ, ਕਮ ਸੇ ਕਮ ਇਹ ਮਿਸਯੂਜ਼ ਨਾ ਹੋਣ। ਸਾਨੂੰ ਇੱਥੇ ਪਤਾ ਲੱਗਾ ਕਿ ਇੱਥੋਂ ਤੱਕ ਵੀ ਹੁੰਦਾ ਹੈ ਕਿ ਸਰਦਾਰ ਸੋਭਾ ਸਿੰਘ ਜੀ ਹੁਣਾਂ ਦੀਆਂ ਫੋਟੋਆਂ ਇੱਥੋਂ ਲੈ ਕੇ ਨਵੀਆਂ ਪ੍ਰਿੰਟ ਕਰਕੇ ਥੱਲੇ ਆਪਣੇ ਨਾਮ ਲਿਖ ਦਿੱਤੇ ਜਾਂਦੇ ਹਨ। ਆਲ ਆਈ ਕੈਨ ਸੇ ਇਜ਼ ਸ਼ੇਮ ਔਨ ਯੂ। ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਇੱਕ ਅੰਗਰੇਜ਼ ਔਫਿਸਰ ਦੀ ਫੋਟੋ ਹੈ, ਮਿਸਟਰ ਬੈਟੀ। ਇਸ ਨੇ ਜੋਗਿੰਦਰ ਨਗਰ ਦੇ ਵਿੱਚ ਬਿਜਲੀ ਦਾ ਪਲਾਂਟ ਲਗਾਇਆ ਸੀ ਔਰ ਉੱਥੋਂ ਤੱਕ ਟ੍ਰੇਨ ਲਾਈਨ ਵੀ ਲੈ ਕੇ ਗਿਆ। ਇਹ ਗੁਰੂ ਸਾਹਿਬ ਜੀ ਦੇ ਬਹੁਤ ਫੇਮਸ ਫੋਟੋਆਂ ਹਨ, ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਹਨ। ਆਹ ਭਾਈ ਕਨ੍ਹਈਆ ਜੀ ਦਾ ਹੈ। ਸੰਗਤ ਜੀ, ਉਹ ਬੱਚਾ ਜਿਸ ਦੀ ਸਿਰਫ 3 ਸਾਲ ਦੀ ਉਮਰ ਹੋਵੇ ਮਾਤਾ ਚੜ੍ਹਾਈ ਕਰ ਜਾਵੇ, 15 ਸਾਲ ਦੀ ਉਮਰ ਹੋਵੇ ਪਿਤਾ ਚੜ੍ਹਾਈ ਕਰ ਜਾਵੇ, ਬਹੁਤ ਗਰੀਬੀ ਅਤੇ ਔਖਿਆਈ ਵਿੱਚ ਜੀਵਨ ਬਤੀਤ ਕੀਤਾ ਹੋਵੇ, ਆਪ ਜੀ ਨੇ ਫਿਰ ਵੀ ਆਪਣੀ ਕਲਾ ਨੂੰ ਆਪਣੇ ਅੰਦਰੋਂ ਮਰਨ ਨਹੀਂ ਦਿੱਤਾ। ਤਾਂ ਅਖੀਰ ਜਦੋਂ ਲਾਹੌਰ ਰਹਿੰਦੇ ਸਨ, 1947 ਵਿੱਚ ਦੇਸ਼ ਦਾ ਬਟਵਾਰਾ ਹੋਇਆ, ਉਦੋਂ ਇਹ ਵੀ ਪੰਜਾਬ ਸੀ, ਤਾਂ ਇੱਥੇ ਆ ਕੇ ਉਹਨਾਂ ਨੇ ਪਾਲਮਪੁਰ ਦੇ ਕੋਲ ਅੰਦਰੇਟਾ ਚੁਣਿਆ। ਇੱਥੇ ਤਕਰੀਬਨ ਆਪਣੀ ਜ਼ਿੰਦਗੀ ਦੇ 40 ਸਾਲ ਇੱਥੇ ਬਤੀਤ ਕੀਤੇ ਔਰ ਜਿੰਨਾ ਅਸੀਂ ਆਰਟਵਰਕ ਦੇਖਦੇ ਹਾਂ ਉਹ ਮੋਸਟਲੀ ਇੱਥੇ ਬੈਠ ਕੇ ਬਣਾਇਆ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਫੋਟੋ ਬਣਾਉਣ ਲਈ ਤਕਰੀਬਨ ਉਹਨਾਂ ਨੇ 5 ਸਾਲ ਸਪੈਂਡ ਕੀਤੇ ਸੀ। ਫੋਟੋ ਦੇ ਵਿੱਚ ਜਿਵੇਂ ਇੱਦਾਂ ਹੱਥ ਹੈ ਨਾ ਗੁਰੂ ਸਾਹਿਬ ਜੀ ਦਾ, ਉਸ ਨੂੰ ਬਣਾਉਣ ਲਈ ਉਹਨਾਂ ਨੇ ਹੱਥ ਦੀ ਹਸਤ ਰੇਖਾ ਸਟੱਡੀ 2.5 ਸਾਲ ਕੀਤੀ, ਤਾਂ ਜੋ ਬਣਾ ਸਕਣ ਕਿ ਉਹ ਗੁਰੂ ਸਾਹਿਬ ਜੀ ਦਾ ਹੱਥ ਕਿੱਦਾਂ ਦਾ ਹੋਣਾ ਚਾਹੀਦਾ ਹੈ। ਮਹਾਨ ਲੋਕਾਂ ਦੀ ਹੀ ਮਹਾਨ ਸੋਚ ਹੋ ਸਕਦੀ ਹੈ। ਸਰਦਾਰ ਸੋਭਾ ਸਿੰਘ ਜੀ ਕਹਿੰਦੇ ਹਨ, ਜਿਉਣ ਵਾਸਤੇ ਜਦ ਤੱਕ ਰੋਟੀ ਤੋਂ ਉਚੇਰਾ ਕੋਈ ਆਦਰਸ਼ ਨਹੀਂ ਬਣਾ ਲੈਂਦੇ, ਰੋਟੀ ਦੀ ਸਮੱਸਿਆ ਤੁਹਾਨੂੰ ਤੰਗ ਕਰਦੀ ਰਹੇਗੀ। ਸਰਦਾਰ ਸੋਭਾ ਸਿੰਘ ਜੀ ਜਿਹੜੇ ਸ਼੍ਰੀ ਹਰਗੋਬਿੰਦਪੁਰ ਵਿੱਚ ਜਨਮੇ, ਲਾਹੌਰ, ਅੰਮ੍ਰਿਤਸਰ, ਬਗਦਾਦ ਤੱਕ ਗਏ ਔਰ ਫਿਰ ਦਿੱਲੀ ਜਦੋਂ ਜੈਦ ਲਾਈਫ ਦੀ ਚੱਲਦੀ ਰਹੀ, ਪਰ ਆਪਣੇ ਅੰਦਰੋਂ ਜਿਹੜੀ ਉਹ ਅਸਲੀ ਆਰਟ ਦੇ ਨਾਲ ਪਿਆਰ ਸੀਗਾ ਉਹ ਮਰਨ ਨਹੀਂ ਦਿੱਤਾ। ਅਖੀਰ 1986 ਦੇ ਵਿੱਚ ਸਰਦਾਰ ਸੋਭਾ ਸਿੰਘ ਜੀ ਬਹੁਤ ਬਿਮਾਰ ਹੋ ਗਏ ਇੱਥੇ ਅੰਦਰੇਟੇ ਦੇ ਵਿੱਚ ਹੀ। ਤਾਂ ਉਸ ਵੇਲੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਹੈਲੀਕਾਪਟਰ ਭੇਜਿਆ ਪੰਜਾਬ ਤੋਂ, ਇਹਨਾਂ ਨੂੰ PGI ਟ੍ਰਾਂਸਫਰ ਕੀਤਾ ਗਿਆ, ਪਰ ਉਸ ਵੇਲੇ ਫਿਰ ਉੱਥੇ ਹੀ ਉਹ ਸਰੀਰ ਛੱਡ ਗਏ। ਉਸ ਤੋਂ ਬਾਅਦ 'ਚ ਇੱਥੇ ਲੋਕਲ ਲੋਕਾਂ ਨੂੰ ਵੀ ਪਤਾ ਲੱਗਾ ਕਿ ਸਾਡੇ ਲਾਗੇ ਕੋਈ ਇੰਨਾ ਵੱਡਾ ਆਰਟਿਸਟ ਰਹਿੰਦਾ ਸੀ। ਵੀਡੀਓ ਇੱਥੇ ਖਤਮ ਕਰਨੀ ਪੈਣੀ ਹੈ ਅਤੇ ਮੈਨੂੰ ਬਹੁਤ ਉਦਾਸੀ ਮਹਿਸੂਸ ਹੋ ਰਹੀ ਹੈ ਕਿ ਮੈਂ ਬਹੁਤ ਜ਼ਿਆਦਾ ਉਹਨਾਂ ਦੇ ਜੀਵਨ ਬਾਰੇ ਨਹੀਂ ਦੱਸ ਸਕਿਆ। ਆਪ ਤੁਸੀਂ ਕੋਸ਼ਿਸ਼ ਕਰੋ, ਕਿਤਾਬ ਲੈ ਕੇ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਪਤਾ ਲੱਗੇ ਇੱਕ ਜੱਦੋਜਹਿਦ ਵਾਲੀ ਜ਼ਿੰਦਗੀ ਕੀ ਹੁੰਦੀ ਹੈ, ਇੱਕ ਕੰਢਿਆਂ ਦੇ ਵਿੱਚ ਫੁੱਲ ਖਿੜਨਾ ਕੀ ਹੁੰਦਾ ਹੈ ਅਤੇ ਇੱਕ ਮਹਾਨ ਵਿਅਕਤੀ ਕਹਾਉਣਾ ਕੀ ਹੁੰਦਾ ਹੈ। ਆਪਾਂ ਗੁਰੂ ਸਾਹਿਬ ਕੋਲੋਂ ਵੀ ਕਹਿੰਦੇ ਹਾਂ, ਮਨ ਨੀਵਾਂ ਮੱਤ ਉੱਚੀ, ਸਿੰਪਲ ਲਿਵਿੰਗ ਹਾਈ ਥਿੰਕਿੰਗ ਵਾਲੀ ਲਾਈਫ ਕੀ ਹੁੰਦੀ ਹੈ। ਜਦੋਂ ਵੀ ਪਾਲਮਪੁਰ ਆਓ, ਵਾਅਦਾ ਕਰੋ ਤੁਸੀਂ ਅੰਦਰੇਟੇ ਜ਼ਰੂਰ ਆਓਗੇ। ਇੱਥੇ ਜਿਹੜੇ ਸਰਦਾਰ ਸੋਭਾ ਸਿੰਘ ਜੀ ਦੇ ਦੋਹਤਰੇ ਹਨ, ਸਰਦਾਰ ਹਿਰਦੇਪਾਲ ਸਿੰਘ ਜੀ, ਉਹਨਾਂ ਨੇ ਵੀ ਸਾਨੂੰ ਜੀਓ ਆਇਆ ਕਿਹਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਪਣੇ ਇਸ ਮਹਾਨ ਚਿੱਤਰਕਾਰ ਦੀ ਕਲਾ ਦੀ ਸਰਾਹਨਾ ਕਰਦੇ ਹੋਏ ਵੀਡੀਓ ਸ਼ੇਅਰ ਜ਼ਰੂਰ ਕਰਨੀ। ਹੋਈਆਂ ਭੁੱਲਾਂ ਦੀ ਮੁਆਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।